हाँ जी, सत श्रीकाल जी। स्वागत है तुहाडा साडे पहले ब्लॉग दे विच। खाल खूल ले घड़ बटना पातियां, पानी छड़न की तैयारी चा। हुण आपां लाइट आउण दा इंतजार करदे आं। आपां खाल खूल साफ कर ले, साफ कर लिया। 11:30 दा टाइम दित्ता होया लाइट वालियां दा। टाइम हो गया 11:22। ਸਾਨੂੰ ਜਿਹੜੀ ਰਹਿੰਦੀ ਕਸਰ ਉਹ ਕੱਢ ਲੈਂਦੇ ਆਪਾਂ, ਆਲਾ ਦੁਆਲਾ ਸਾਫ ਕਰਨ ਵਾਲਾ ਜਿਹੜਾ। ਬਹੁਤ ਉੱਚਾ ਹੈ, ਟਰੈਕਟਰ ਦਾ ਲੋਕ ਗੇਅਰ ਲਾ ਕੇ ਚਾੜਨਾ ਪੈਂਦਾ। ਇਹ ਜਗ੍ਹਾ ਪਹਿਲਾਂ ਆਪਣੀ ਮੋਟਰ ਇੱਥੇ ਸੀਗੀ, ਇੱਥੋਂ ਹੁਣ ਆਪਾਂ ਮੋਟਰ ਉੱਧਰ ਲੈ ਗਏ। ਖੂਹ ਸੀਗਾ ਅਤੇ ਸਮਰਸੀਬਲ ਬੋਰ ਕਰਾਇਆ ਆਪਾਂ, ਇੱਥੋਂ ਫਿਰ ਆਪਾਂ ਬੋਰ ਇੱਧਰ ਲੈ ਗਏ ਮੋਟਰ 'ਤੇ। ਇਹ ਹੁਣ ਜਗ੍ਹਾ ਕਿਸੇ ਵਰਤੋਂ 'ਚ ਵਿੱਚ ਨਹੀਂ ਹੈ। ਸੋਚਦੇ ਹਾਂ ਵੀ ਚੱਲ ਇੱਥੇ ਲਸਣ ਇਕੱਠਾ ਪੀ ਲਿਆ ਜਾਓ। ਖੰਭਾ ਆਪਾਂ ਬੈਠਣ ਲਈ ਉੱਥੇ ਲੈ ਕੇ ਦੇਣਾ। ਆਹ ਆਪਣਾ ਪੁਰਾਣਾ ਓੜੂ ਸੀ, ਇਹ ਚਲਾਉਂਦੇ ਹੁੰਦੇ ਸੀ ਛੋਟੇ ਹੁੰਦੇ। ਆਹ ਖੂਹ ਆ, ਇਹ ਪੁਰਾਣਾ ਖੂਹ ਆ। ਘੱਟੋ ਘੱਟ 100 ਸਾਲ ਤੋਂ ਉੱਪਰ ਪੁਰਾਣਾ ਖੂਹ ਹੈ। ਜਦੋਂ ਇਹ ਬੋਰ ਚਲਾਇਆ ਸੀ ਇਹਦੇ ਵਿੱਚ ਘੱਟੋ ਘੱਟ 20 ਤੋਂ 25 ਟਰਾਲੀਆਂ ਮਿੱਟੀ ਦੀਆਂ ਪਈਆਂ ਸੀ। ਚੌਲਾਂ ਦਾ ਟਾਈਮ ਹੁੰਦਾ ਸੀ ਸਾਫ ਸਫਾਈ ਦਾ, ਤੇ ਚੌਲਾਂ ਦੇ ਵਿੱਚ ਹੀ ਬੰਦਾ 10-15 ਦਿਨ ਪਹਿਲਾਂ ਹੁੰਦਾ ਵਾ। ਲਾਈਟ 11:40 ਤੇ ਆ ਗਈ ਸੀ ਤੇ ਇੱਕ ਛੋਟੇ ਜਿਹੇ ਚੱਕਰ ਪਿੱਛੇ ਜਿਹਦਾ 1.5 ਘੰਟਾ ਮਿਹਨਤ ਲਾਈ ਆਪਾਂ ਨੇ, ਉਹ ਸਾਰਾ ਆਪਣਾ ਜਗਾੜ ਮਿੱਟ ਖਰਾਬ ਕਰਤਾ। ਆਹ ਜਾਨਵਰ ਨੇ ਸਾਰਾ ਕੰਮ ਜਿਹੜਾ ਵਿੱਚ ਆ ਕੇ ਉਹਦੇ ਖਰਾਬ ਕੀਤਾ। ਹਜੇ ਵੀ ਡਾਣੀਆਂ ਨੂੰ ਕੋਈ ਪਰਵਾਹ ਨਹੀਂ, ਪੱਥਰ ਲੱਗਿਆ ਤੇ ਚਲਾਇਆ ਮੋਟਰ ਨੂੰ। ਵੀ ਚਾਰੇ ਪਾਸੇ ਪਾਣੀ ਜਾਣ ਲੱਗ ਗਿਆ, ਇਹਦਾ ਸੈਟਿੰਗ ਕਰਕੇ ਹੱਟੇ ਸੀ 1.5 ਘੰਟਾ ਲਾ ਕੇ। ਜੀਪਾਂ ਮਾਰਦੀ ਆ ਅਜੇ ਵੀ, ਇੰਨੇ ਕੁ ਜਾਨਵਰ ਨੇ ਆਪਣੀ ਸਾਰੀ ਮਿਹਨਤ ਤੇ ਪਾਣੀ ਫੇਰਤਾ ਲੈ। ਕੱਦੇ ਲੱਗੇ ਹੋਈ ਥੈਲੇ ਲਾਉਣ, ਕਦੇ ਇੱਧਰ ਨੂੰ ਲਾ, ਕਦੇ ਇੱਧਰ ਨੂੰ ਲਾ, ਐਂ ਥੈਲੇ ਲਾ ਲਾ, ਮਿੱਟੀ ਭਰ ਕੇ ਬੰਨੇ, ਕੋਈ ਫਾਇਦਾ ਨਹੀਂ ਹੋਇਆ। ਆਪਾਂ ਪਾਈਪਲਾਈਨ ਪਵਾ ਤਾਂ ਲੈਂਦੇ ਹਾਂ, ਸਾਲੇ ਪਾਈਪਲਾਈਨ ਦੇ ਇਹ ਚੱਕਰ ਨੇ, ਕਦੇ ਇਹ 'ਚ ਬਿੱਲੀ ਫਸ ਜਾਂਦੀ ਆ, ਕਦੇ ਇਹ 'ਚ ਸਾਲਾ ਸੱਪ ਮਰ ਜਾਂਦੇ ਆ, ਕਦੇ ਸ਼ਾਹਾ ਫਸ ਜਾਂਦਾ, ਕਦੇ ਕਤੂਰੇ ਆ ਜਾਂਦੇ ਆ ਸਾਲੀ। ਇਹਦੀ ਵੀ ਕਿਹੜਾ ਨਹੀਂ ਦਿੱਕਤ ਹੈਗੀ, ਆਪਾਂ ਆਪਣੀ ਆਰਾਮਦਾਰੀ ਵਾਸਤੇ ਪਾਈਪਲਾਈਨ ਪਵਾ ਲੈਂਦੇ ਹਾਂ, ਕਿਉਂਕਿ ਮੋਟਰ ਵੀ ਤੁਹਾਨੂੰ ਪਤਾ ਕਣਕ ਵੱਢੀ ਤੋਂ ਬਾਅਦ ਕਦੋਂ ਦੀ ਖੜੀ ਆ, ਕੀ ਕੁਛ ਇਹ 'ਚ ਆ ਜਾਂਦਾ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ, ਕਿਹੜਾ ਮੁੜ ਕੇ ਆਪਾਂ ਮੋਟਰ ਚਲਾਉਂਦੇ ਹਾਂ।
ਆ ਦਿਨਾਂ ਜਾ ਕੇ ਮੁੜ ਕੇ ਲਾਈਟ ਲੂਟ ਆਉਂਦੀ ਆ ਤਾਂ ਆਪਾਂ ਪਾਣੀ ਪੂਣੀ ਛੱਡਦੇ ਆ ਪਾਣੀ ਹੋਰ ਲੋਕ ਯਾਰ ਵਾਲੇ ਨੱਕਿਆਂ ਤੋਂ ਖੇਚ ਨੂੰ ਜਾਣ ਲੱਗ ਗਿਆ ਐਂਡ ਕੱਪ ਬਣਾਉਂਦੇ ਐਂਡ ਕੱਪ ਨਹੀਂ ਤਾਂ ਲਵਾ ਦੀਏ ਪੱਟ ਕੇ ਲੈ ਜਾਂਦੇ ਆ ਲੋਕ ਅਮਲੀ ਠਮਲੀ ਨਹੀਂ ਛੱਡਦੇ ਨਿਹੇੜੀ ਬਾਕੀ ਮੀਂਹ ਵੀ ਪਏ ਹੋਏ ਨੇ ਆਪਣਾ ਦੋ ਤਿੰਨ ਘੰਟਿਆਂ ਦੇ ਵਿੱਚ ਇਹ ਮੇਲਾ ਦਾ ਕਿਆਰਾ ਭਰ ਜੂ ਕਿਆਰੇ ਨਾ ਬਹੁਤੇ ਛੋਟੇ ਆ ਨਾ ਵੱਡੀ ਆ ਠੀਕ ਠੀਕ ਜੇ ਨੇ ਕਿਆਰੇ ਕੱਦੂ ਕਰਕੇ ਭਈ ਨੂੰ ਲੈ ਕੇ ਪਨੀਰੀ ਪੱਟ ਕੇ ਫਿਰ ਅੱਜ ਜਾਂ ਅੱਜ ਸ਼ਾਮ ਨੂੰ ਜਾਂ ਕੱਲ੍ਹ ਨੂੰ ਲਵਾਈ ਹੋ ਜੂਗੇ ਇੱਥੇ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਜੇ ਬਲੌਗ ਵਧੀਆ ਲੱਗੂ ਤਾਂ ਬਲੌਗ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਕੇ ਦੱਸਿਓ ਅਤੇ ਫਿਰ ਆਪਾਂ ਵੱਧ ਤੋਂ ਵੱਧ ਵੀਡੀਓ ਪਾਇਆ ਕਰਾਂਗੇ ਜਿੰਨਾ ਤੁਸੀਂ ਲਾਈਕ ਸ਼ੇਅਰ ਕਰੋਗੇ ਉਨਾ ਆਪਾਂ ਨੂੰ ਮੋਟੀਵੇਸ਼ਨ ਮਿਲੂ ਅਤੇ ਫਿਰ ਆਪਾਂ ਵੀਡੀਓ ਪਾਇਆ ਕਰਾਂਗੇ ਠੀਕ ਆ ਦੋਸਤੋ ਫਿਰ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ